वाहिगुरु जी का खालसा, वाहिगुरु जी की फतेह। दास बाबा सरनजीत सिंह देश ते विदेश दी सर्व संगतां नूं एक बार फिर संबोधित कर रहा है। गुरमुख प्यारियो, अज जिला प्रशासन दे नाल आखिरी मीटिंग मेले दे कंसर्न बिल्कुल बड़े ही सुचे सच्चे तरीके दे नाल पूर्ण हुई और जो जो फैसले ले गए मैं आप जी दे नाल सांझे कर रहा हां। गुरमुख प्यारियो, मेले विच आने वास्ते जिहड़ा मेला 21 मार्च तों लैके 30 मार्च तक बड़ी शानो शौकत नाल तपस्थान गुरुद्वारा मंजी साहिब च मनाया जांदा है, इस संबंधी सूचना है कि आप जी 19 तरीक तक कोई भी सज्जन गुरु घर दी आके रौनक बनना चाहता, दर्शन करना चाहता, अपना लंगर लैके आना चाहता, वह बगैर कोरोना टेस्ट कराने दे इत्थे पहुंच सकता है। और 20 तरीक नूं तुहानू सारिआं नूं पूरी संगत वास्ते यह मैंडेटरी है कि कोरोना नैगेटिव टैसट लैके रिपोर्ट लैके असीं घरों चलना है। 20 तरीक नूं सारिआं नूं पुछिआ जाएगा रस्ते विच और तुसीं अपनी अपनी रिपोर्ट दस के ते गुरु घर दे विच पहुँच सकदे हो, गुरु दीआं खुशियां मना सकदे हो। नाल ही 19 तारीक तक ਤੁਸੀਂ ਜੋ ਲੰਗਰ ਦੀ ਸਮੱਗਰੀ ਆਪਣੀ ਪਜਾਣਾ ਚਾਹੁੰਦੇ ਹੋ ਗੁਰੂ ਘਰ ਦੇ ਵਿੱਚ ਆਪਣੇ ਟੈਂਟਾਂ ਦੇ ਵਿੱਚ ਆਪਣੇ ਇਸਤੇਮਾਲ ਵਾਸਤੇ ਉਹ ਵੀ ਤੁਸੀਂ ਆ ਸਕਦੇ ਹੋ, ਤੁਹਾਨੂੰ ਕੋਈ ਪੁੱਛ ਨਹੀਂ ਹੋਵੇਗੀ। ਗੁਰਮੁਖ ਪਿਆਰਿਓ, ਉਹ ਜੋ ਸੰਗਤਾਂ ਆ ਕੇ ਗੁਰੂ ਦੇ ਸੇਵਕਾਂ ਨੂੰ ਲੰਗਰ ਤਿਆਰ ਕਰਕੇ ਛਕਾਉਂਦੀਆਂ ਹਨ, ਉਹ ਵੀ ਟੈਂਟਾਂ ਦੇ ਵਿੱਚ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਲੰਗਰ ਛਕਾ ਦਿੰਦੀਆਂ, ਛਕਾ ਸਕਦੀਆਂ ਨੇ, ਉਹਨਾਂ 'ਤੇ ਵੀ ਕੋਈ ਮਨਾਹੀ ਨਹੀਂ। ਨਾਲ ਹੀ ਬੇਨਤੀ ਕਰਾਂ ਕਿ ਅਸੀਂ ਜਿੱਥੇ ਇਹ ਸਾਰਾ ਕੁਝ ਕਰਨਾ ਹੈ ਉੱਥੇ ਇੱਕ ਦੂਜੇ ਦੀ ਹਮਦਰਦੀ ਵੀ ਕਰਨੀ ਹੈ। ਉੱਥੇ ਜੋ ਪ੍ਰਸ਼ਾਸਨ ਦੇ ਜੋ ਸਿਪਾਹੀ ਜੋ ਕੰਮ ਕਰ ਰਹੇ ਨੇ ਸਾਡੇ ਵਾਸਤੇ, ਪੁਲਿਸ ਜੋ ਕੰਮ ਕਰ ਰਹੀ ਹੈ, ਉਹਨਾਂ ਦੇ ਨਾਲ ਅਸੀਂ ਰਾਬਤਾ ਰੱਖਣਾ, ਉਹਨਾਂ ਦੇ ਮਦਦਗਾਰ ਵੀ ਬਣਨਾ, ਇੱਕ ਦੂਜੇ ਦੀ ਮਦਦ ਕਰਨੀ ਹੈ। ਜੋ ਸੱਜਣ ਕੰਟਰੈਕਟਰ ਜਿਹੜੇ ਆ ਕੇ ਟੈਂਟ ਲਾਉਂਦੇ ਨੇ ਲੋਕਾਂ ਦੇ ਰਹਿਣ ਵਾਸਤੇ ਕਿਰਾਏ 'ਤੇ, ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਆ ਕੇ ਆਪਣੇ ਟੈਂਟ ਲਗਾ ਸਕਦੇ ਨੇ ਔਰ ਬਕਾਇਦਾ ਤੌਰ ਦੇ ਉੱਤੇ ਕਿਰਾਏ 'ਤੇ ਦੇ ਸਕਦੇ ਨੇ। ਉਹ ਲੋਕ ਜਿਹੜੇ ਆਪਣੀਆਂ ਛੋਟੀ ਛੋਟੀਆਂ ਦੁਕਾਨਾਂ ਲਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ, ਉਹ ਵੀ ਆ ਕੇ ਆਪਣੀਆਂ ਦੁਕਾਨਾਂ ਲਾ ਸਕਦੇ ਨੇ, ਸਜਾ ਸਕਦੇ ਨੇ ਔਰ ਉਹ ਵੀ ਜੋ ਰੋਜ਼ੀ ਰੋਟੀ ਕਮਾ ਸਕਦੇ ਨੇ। ਇਹ ਮੇਲਾ ਖੁਸ਼ੀਆਂ ਦਾ ਮੇਲਾ, ਇਹ ਸਾਡਾ ਸਾਰਿਆਂ ਦਾ ਮੇਲਾ, ਹਰ ਧਰਮ ਦਾ ਮੇਲਾ ਹੈ। ਤੋ ਆਓ ਗੁਰੂ ਦੇ ਪਿਆਰਿਓ, ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ। ਗੁਰੂ ਸਾਹਿਬ ਦੇ ਘਰ ਆਉਣ ਵਾਸਤੇ ਇਹ ਕੋਈ ਸਾਡੇ ਵਾਸਤੇ ਬਹੁਤ ਵੱਡੀ ਗੱਲ ਨਹੀਂ ਕਿ ਅਸੀਂ ਰੈਪਿਡ ਟੈਸਟ ਨਾ ਕਰਾ ਸਕੀਏ, ਅਸੀਂ ਕਰਾਵਾਂਗੇ। ਜਿਨ੍ਹਾਂ ਨੇ ਪਹਿਲੇ ਆਉਣਾ ਆ ਕੇ ਮੱਥਾ ਟੇਕੋ, ਜਿਨ੍ਹਾਂ ਨੇ ਬਾਅਦ 'ਚ ਮੇਲੇ ਦੀ ਰੌਣਕ ਬਣਨਾ, ਕਰੋਨਾ ਰੈਪਿਡ ਟੈਸਟ ਕਰਾ ਕੇ ਆਪਣੀ ਜੋ ਰਿਪੋਰਟ ਹੈ ਦੱਸ ਕੇ, ਆਧਾਰ ਕਾਰਡ ਕੋਲ ਰੱਖਿਓ, ਆਧਾਰ ਕਾਰਡ ਦੱਸ ਕੇ ਤੁਸੀਂ ਆ ਕੇ ਬੜੀਆਂ ਖੁਸ਼ੀਆਂ ਦੇ ਨਾਲ, ਚਾਵਾਂ ਦੇ ਨਾਲ ਇਸ ਮੇਲੇ ਦੀ ਰੌਣਕ ਬਣ ਸਕਦੇ ਹੋ। ਤੋ ਆਪ ਜੀ ਲਈ ਹੋਰ ਜੋ ਜੋ ਵੀ ਵਕਤਨ ਜਿੱਥੇ ਟਾਈਮ ਆਉਂਦਾ ਰਹੇਗਾ ਉਹਦੇ ਨਾਲ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਦਾ ਰਹਾਂਗਾ। ਬਾਬਾ ਸਵਰਨਜੀਤ ਸਿੰਘ ਤਪਸਥਾਨ ਗੁਰਦੁਆਰਾ ਮੰਜੀ ਸਾਹਿਬ ਮੈਨੇਜਮੈਂਟ ਆਪ ਦਾ ਇੰਤਜ਼ਾਰ ਕਰ ਰਹੀ ਹੈ। ਤੁਹਾਨੂੰ ਲੰਗਰ ਲੈ ਕੇ ਆਉਣਾ 20 ਤਰੀਕ ਤੋਂ ਬਾਅਦ, ਫਿਰ ਪਰਮਿਸ਼ਨ ਲੈਣੀ ਪਵੇਗੀ। ਉਹ ਪਰਮਿਸ਼ਨ ਵਾਸਤੇ ਅਗਰ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ, ਤੁਸੀਂ ਆਓ, ਆ ਕੇ ਇੰਜੀਨੀਅਰ ਪਰਮਜੀਤ ਸਿੰਘ ਜੀ ਦੇ ਨਾਲ ਰਾਬਤਾ ਕਾਇਮ ਕਰੋ। ਉਹਨਾਂ ਦਾ ਫੋਨ ਨੰਬਰ ਹੈ 9419197989। ਉਹਨਾਂ ਦੇ ਨਾਲ ਰਾਬਤਾ ਕਰੋ ਕਾਇਮ, ਤੇ ਤੁਹਾਡੀ ਉਹ ਵੀ ਪ੍ਰੋਬਲਮ ਦੂਰ ਹੋ ਜਾਵੇਗੀ। ਕਿਉਂਕਿ ਤਪਸਥਾਨ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਉਹ ਬੜੀ ਸੇਵਾ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾ ਰਹੇ ਨੇ, ਸਾਰੀ ਮੈਨੇਜਮੈਂਟ ਵਧਾ ਰਹੀ ਹੈ। ਤੋ ਮੈਂ ਤਮਾਮ ਸੇਵਾਦਾਰਾਂ ਦੀ ਸੇਵਾ 'ਚ ਬੇਨਤੀ ਕਰਾਂ ਕਿ ਗੁਰਮੁਖ ਪਿਆਰਿਓ, ਚੜ੍ਹਦੀ ਕਲਾ ਦੇ ਵਿੱਚ ਗੁਰੂ ਘਰ ਦੇ ਵਿੱਚ ਪਹੁੰਚਣ ਦਾ ਯਤਨ ਕਰੋ। ਆਪਣੀਆਂ ਸਰਬੱਤ ਸੰਗਤਾਂ ਨੂੰ ਅਗਰ ਤੁਸੀਂ 20 ਤਰੀਕ ਆਉਣਾ ਹੈ ਤੇ 19 ਤਰੀਕ ਰੈਪਿਡ ਟੈਸਟ ਕਰਾ ਕੇ ਆਪਣੀ ਰਿਪੋਰਟ ਕੋਲ ਰੱਖ ਲਓ, ਤਾਂ ਤੁਸੀਂ ਪ੍ਰਵੇਸ਼ ਕਰੋ, ਆਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦਾਸ ਔਰ ਇੰਟਾਇਰ ਮੈਨੇਜਮੈਂਟ ਆਪ ਜੀ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਹਾਂ ਔਰ ਖੁਸ਼ੀਆਂ ਦੇ ਨਾਲ ਇਹ ਮੇਲਾ ਮਨਾਇਆ ਜਾਵੇਗਾ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਗੁਰਮੁਖੋ, ਸਾਡੇ ਵਾਸਤੇ ਕੋਈ ਇਹ ਵੱਡੀ ਗੱਲ ਨਹੀਂ ਹੈ, ਅਸੀਂ ਗੁਰੂ ਦੀ ਖੁਸ਼ੀ ਲੈਣੀ ਹੈ। ਅਸੀਂ 21 ਤਰੀਕ ਤੋਂ ਲੈ ਕੇ ਤੇ 30 ਤਰੀਕ ਤੱਕ ਆਨੰਦ ਮਾਣਨਾ ਹੈ। ਉਮੀਦ ਹੈ ਤੁਸੀਂ ਸਾਰੇ ਪਹੁੰਚੋਗੇ ਤੇ ਖੁਸ਼ੀਆਂ ਪ੍ਰਾਪਤ ਕਰੋਗੇ। ਇੰਨੇ ਸ਼ਬਦ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।